ਪੰਜਾਬੀ ਸਾਹਿਤ ਦੇ ਪਾਠਕ ਲਈ ਮਨਮੋਹਨ ਬਾਵਾ ਦੀ ਪਛਾਣ ਇੱਕ ਵੱਡੇ ਕਹਾਣੀਕਾਰ, ਨਾਵਲਕਾਰ ਤੇ ਸਫ਼ਰਨਾਮਾਕਾਰ ਦੇ ਤੌਰ ਤੇ ਹੈ। ਚਿੱਤਰਕਾਰੀ ਦੇ ਰਸੀਏ ਲਈ ਮਨਮੋਹਨ ਬਾਵਾ ਦਾ ਨਾਂ ਲੈਂਡਸਕੇਪ ਚਿੱਤਰਣ ਵਾਲੇ ਉੱਪਰਲੇ ਕੁਝ ਨਾਵਾਂ ਵਿੱਚ ਸ਼ੁਮਾਰ ਹੈ। ਸੈਰ ਤੇ ਟ੍ਰੈਕਿੰਗ ਦੇ ਸ਼ੌਕੀਨ ਸਮਝਦੇ ਨੇ ਕਿ ਮਨਮੋਹਨ ਬਾਵਾ ਇੱਕ ਵੱਡਾ ਘੁਮੱਕੜ ਤਾਂ ਹੈ ਹੀ, ਨਾਲ ਹੀ ਹੋਰਨਾਂ ਨੂੰ ਇਧਰਲੇ ਪਾਸੇ ਤੋਰਨ ਲਈ ਸੇਧ ਵੀ ਦਿੰਦਾ ਹੈ। ਡਿਗਰੀ ਮਨਮੋਹਨ ਬਾਵਾ ਕੋਲ ਇਤਿਹਾਸ ਦੀ ਹੈ ਤੇ ਮਾਹਿਰ ਉਹ ਭਾਰਤੀ ਮਿਥਿਹਾਸ ਦਾ ਹੈ। ਤਿੰਨ ਸਭਨਾ ਵਿਧਾਵਾਂ ਤੋਂ ਇਲਾਵਾ ਇੱਕ ਹੋਰ ਵਿਧਾ ਹੈ ਜਿਸਨੇ ਮਨਮੋਹਨ ਬਾਵਾ ਨੂੰ ਨਾ ਸਿਰਫ ਦੁਨੀਆ ਭਰ ਦੇ ਟਰੈਕਰਾਂ ਤੱਕ ਪਹੁੰਚਾਇਆ ਬਲਕਿ ਰਚਨਾਕਾਰੀ ਵਿੱਚੋਂ ਕਮਾਈ ਕਰ ਸਕਣਾ ਵੀ ਸੰਭਵ ਬਣਾਇਆ। ਉਹ ਹੈ ਹਿਮਾਲਿਆ ਦੇ ਨਕਸ਼ੇ ਬਣਾਉਣ ਤੇ ਟਰੈਕਿੰਗ ਗਾਈਡ ਲਿਖਣ ਦਾ ਕੰਮ। ਮਨਮੋਹਨ ਬਾਵਾ ਦਾ ਜਨਮ ਸਨ 1932 ਵਿੱਚ ਬਾਵਿਆਂ ਦੇ ਪਿੰਡ ਵੈਰੋਵਾਲ ਵਿੱਚ ਹੋਇਆ। ਇਹ ਪਿੰਡ ਸਿੱਖੀ ਦਾ ਧੁਰਾ ਖਵਾਉਂਦੇ ਗੋਇੰਦਵਾਲ ਤੋਂ 5 ਕੁ ਕਿਲੋਮੀਟਰ ਦੂਰ ਬਿਆਸ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਹੈ। ਮਨਮੋਹਨ ਬਾਵਾ ਦਾ ਪਿਛੋਕੜ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨਾਲ ਜੁੜਦਾ ਹੈ। ਇਹਨਾਂ ਦੇ ਪਰਿਵਾਰ ਚੋਂ ਮਾਨਕ ਮਾਈ ਦਾਸ ਨੇ ਗੋਇੰਦਵਾਲ ਵਿੱਚ ਬੌਲੀ ਸਾਹਿਬ ਦੀ ਸੇਵਾ ਕੀਤੀ ਤਾਂ ਗੁਰੂ ਜੀ ਨੇ ਇਹਨਾਂ ਨੂੰ ਮੰਜੀ ਪ੍ਰਦਾਨ ਕੀਤੀ। ਜਦੋਂ ਦਾਣਾ ਪਾਣੀ ਉਹਨਾਂ ਦੇ ਪਰਿਵਾਰ ਨੂੰ ਧੂਰੀ ਲਾਇਆ ਤਾਂ ਮਨਮੋਹਨ ਬਾਵਾ ਉਦੋਂ 5 ਕੁ ਵਰਿਆਂ ਦਾ ਸੀ। ਮਸਾਂ 10 ਕੁ ਵਰਿਆਂ ਦਾ ਹੋਇਆ ਤਾਂ ਉਸਦਾ ਪਰਿਵਾਰ ਦਿੱਲੀ ਪੁੱਜ ਗਿਆ। ਜਦੋਂ ਬਾਵਾ ਨੇ 10ਵੀਂ ਪਾਸ ਕਰ ਲਈ ਤਾਂ ਉਸਨੂੰ ਵੀ ਸਰਕਾਰੀ ਨੌਕਰੀ ਲੱਭਣ ਲਈ ਆਖਿਆ ਗਿਆ, ਪਰੰਤੂ ਬਾਵਾ 10 ਤੋਂ 5 ਵਜੇ ਤੱਕ ਦੀ ਨੌਕਰੀ ਕਰਨ ਲਈ ਤਿਆਰ ਨਹੀਂ ਸੀ। ਉਸਦੀ ਰੁਚੀ ਤਾਂ ਚਿੱਤਰਕਾਰੀ ਵੱਲ ਸੀ, ਸਾਹਿਤ ਵੱਲ ਸੀ। ਉਸਨੇ ਮੁੰਬਈ ਦੇ ਸਰ ਜੇ ਸਕੂਲ ਆਫ ਆਰਟਸ ਤੋਂ ਚਿੱਤਰਕਾਰੀ ਦਾ ਡਿਪਲੋਮਾ ਕਰ ਲਿਆ ਤੇ ਨਾਲ ਹੀ ਗਿਆਨੀ ਤੇ ਇਤਿਹਾਸ ਵਿੱਚ MA ਵੀ ਕਰ ਲਈ। ਅੱਜ ਦੇ ਦਿਨ ਮਨਮੋਹਨ ਬਾਵਾ ਨੂੰ ਜਿਹੜਾ ਰੁਤਬਾ ਹਾਸਲ ਹੈ ਉੱਥੇ ਪਹੁੰਚਣ ਲਈ ਉਸਨੂੰ ਬੜਾ ਲੰਮਾ ਪੈਂਡਾ ਤੈਅ ਕਰਨਾ ਪਿਆ। ਲੰਮਾ ਪੈਂਡਾ ਘਾਲਣਾ ਦੇ ਪੱਖੋਂ ਵੀ ਤੇ ਸ਼ਾਬਦਿਕ ਅਰਥਾਂ ਵਿੱਚ ਵੀ, ਕਿਉਂਕਿ ਹਯਾਤੀ ਦੇ 84ਵੇਂ ਵਰੇ ਵਿੱਚ ਪੈਰ ਧਰ ਚੁੱਕਾ ਇਹ ਇਨਸਾਨ ਇੱਕ ਦਿਨ ਵੀ ਅਜਿਹਾ ਨਹੀਂ ਲੰਘਾਉਂਦਾ ਜਿਸ ਦਿਨ ਕੁਝ ਨਾ ਕੁਝ ਨਾ ਸਿਰਜੇ। ਉਹ ਪੰਜਾਬੀ ਕਥਾ ਜਗਤ ਦੇ ਖੇਤਰ ਵਿੱਚ ਇੱਕ ਰਾਤ 1962 ਰਾਹੀਂ ਪ੍ਰਵੇਸ਼ ਕਰਦਾ ਹੈ। ਇਸ ਤੋਂ ਬਾਅਦ ਉਸਦੇ 4 ਕਹਾਣੀ ਸੰਗ੍ਰਹਿ ਚਿੱਟੇ ਘੋੜੇ ਦੇ ਸਵਾਰ, ਆਜ਼ਾਦ ਸੁੰਦਰੀ, ਨਿਰਬਲੀ, ਕਾਲਾ ਕਬੂਤਰ, 3 ਯਾਤਰਾ ਸੰਸਮਰਣ, 1 ਪਰਬਤ 2 ਦਰਿਆ, ਜੰਗਲ ਜੰਗਲ, ਪਰਬਤ ਪਰਬਤ ਪੰਜਾਬੀ ਸਾਹਿਤ ਦਾ ਹਿੱਸਾ ਬਣੇ। ਇਸ ਤਰ੍ਹਾਂ ਉਸਦਾ ਸਿਰਜਣਾਤਮਕ ਸਫ਼ਰ ਲਗਭਗ 5 ਦਹਾਕੇ ਤੱਕ ਫੈਲਿਆ ਹੋਇਆ ਹੈ। ਬਾਬਾ ਜੀ, ਤੁਹਾਡਾ ਪਹਿਲਾ ਕਹਾਣੀ ਸੰਗ੍ਰਹਿ ਇੱਕ ਰਾਤ 1961 ਵਿੱਚ ਆਉਂਦਾ, ਠੀਕ ਹੈ। ਉਹ ਤੋਂ ਬਾਅਦ ਲਗਭਗ 21 ਸਾਲ ਤੱਕ ਪਾਠਕਾਂ ਸਾਹਮਣੇ ਤੁਹਾਡੀ ਕੋਈ ਕਿਤਾਬ ਨਹੀਂ ਆਉਂਦੀ। 21 ਸਾਲ ਬਾਅਦ 1983 ਵਿੱਚ ਚਿੱਟੇ ਘੋੜੇ ਦਾ ਸਵਾਰ ਛਪਦੀ ਹੈ, ਫਿਰ ਤੁਹਾਨੂੰ ਕੋਈ ਖਾਸ ਪਾਠਕਾਂ ਵੱਲੋਂ ਹੁੰਗਾਰਾ ਨਹੀਂ ਮਿਲਦਾ। ਜਦੋਂ ਤੱਕ ਤੁਸੀਂ ਨਰਬਲੀ ਜਾਂ ਆਜ਼ਾਦ ਸੁੰਦਰੀ ਪਾਠਕਾਂ ਦੇ ਸਾਹਮਣੇ 1990 ਵਿੱਚ ਨਹੀਂ ਰੱਖੀ, ਇਹ ਕਹਾਣੀਆਂ ਤੁਸੀਂ ਪਹਿਲਾਂ ਕਿਉਂ ਨਹੀਂ ਲਿਖੀਆਂ? ਇਹ ਕਹਾਣੀਆਂ ਦਾ ਜਿਹੜਾ ਮੇਰੇ ਕੋਲ ਖਾਕਾ ਸੀ ਦਿਮਾਗ ਵਿੱਚ ਜੋ ਆਇਆ, ਉਹ ਬਹੁਤ ਪਹਿਲਾਂ ਆ ਗਿਆ ਸੀਗਾ, 1961 ਤੋਂ ਵੀ ਪਹਿਲਾਂ, ਜਿਸ ਵੇਲੇ ਮੈਂ ਖਾਸ ਕਰਕੇ ਰਾਹੁਲ ਸਿੰਘ ਕਰਤਾਈ ਦੀ ਵਾਲਗਾ ਸੇ ਗੰਗਾ ਕਿਤਾਬ ਪੜ੍ਹੀ ਅਤੇ ਮੈਂ ਸੋਚਿਆ ਕਿ ਕਦੀ ਮੈਂ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖਾਂਗਾ, ਅਤੇ ਜਿਸ ਵੇਲੇ ਮੈਨੂੰ ਫਿਰ ਮੌਕਾ ਮਿਲਿਆ ਉਸ ਵੇਲੇ ਮੈਂ ਕਹਾਣੀਆਂ ਲਿਖਣੀਆਂ ਸ਼ੁਰੂ ਕਰਤੀਆਂ। ਦੂਸਰਾ ਪਹਿਲਾ ਜਿਹੜਾ ਸਵਾਲ ਇਹ ਹੈ ਕਿ 20 ਸਾਲ 21 ਸਾਲ ਵਕਫਾ ਕਿਉਂ ਪਿਆ, ਉਹ ਇਹ ਕਿ ਉਹਦੇ ਵਿਚਕਾਰ ਮੈਨੂੰ ਜਿਹੜੀ ਨੌਕਰੀ ਕਰਨੀ ਪਈ ਉਹ ਬਹੁਤ ਟਾਈਮ ਲੈਣ ਵਾਲੀ ਸੀਗੀ, ਯਾਨੀ ਕਿ 8:30 ਤੋਂ ਲੈ ਕੇ 5:30-6 ਵਜੇ ਤੱਕ, ਅਤੇ ਘਰ ਦੀਆਂ ਜ਼ਿੰਮੇਵਾਰੀਆਂ ਵੀ ਸੀ, ਅਤੇ ਦੂਸਰਾ ਮੇਰਾ ਇੰਟਰਸਟ ਜਿਹੜਾ ਸੀ ਉਹ ਸੈਰ ਕਰਨ ਦੇ ਵਿੱਚ ਟਰੈਕਿੰਗ ਵੱਲ ਜ਼ਿਆਦਾ ਹੋ ਗਿਆ। ਮੈਂ ਸੋਚਿਆ ਕਿ ਕਹਾਣੀਆਂ ਤਾਂ ਫਿਰ ਵੀ ਲਿਖੀਆਂ ਜਾਣਗੀਆਂ,
ਬਲਕਿ ਚੰਗੀਆਂ ਲਿਖੀਆਂ ਜਾਣਗੀਆਂ। ਪਰ ਜਿਹੜਾ ਇਹ ਕੰਮ ਹੈ ਨਾ, ਸੈਰ ਕਰਨ ਦਾ, ਟਰੈਕਿੰਗ ਕਰਨ ਦਾ, ਹਿਮਾਲਿਆ ਫਿਰਨ ਦਾ, ਇਹ ਮੈਨੂੰ ਵੱਡੀ ਉਮਰੇ ਨਹੀਂ ਮਿਲਣਾ, ਤੇ ਇਹ ਮੈਂ ਆਪਣਾ ਪਹਿਲਾ ਕੰਮ ਕਰ ਲਵਾਂ। ਡੰਡੀਓ ਡੰਡੀ ਇਕੱਲੇ ਤੁਰਨ ਵਾਲੇ ਉਸਦੇ ਪਾਤਰ ਮਨੁੱਖੀ ਜੀਵਨ ਦੀਆਂ ਕਈ ਅਣਗੌਲੀਆਂ ਪਰਤਾਂ ਨੂੰ ਉਜਾਗਰ ਕਰਦੇ ਨੇ। ਉਹ ਸਾਡੀ ਪ੍ਰਵਾਨਿਤ ਜੀਵਨ ਜਾਂਚ ਤੇ ਨੇੜ ਸਮਕਾਲ ਦਾ ਕਹਾਣੀਕਾਰ ਨਹੀਂ। ਆਜ਼ਾਦ ਸੁੰਦਰੀ ਤੇ ਨਰਬਲੀ ਦੀਆਂ ਕਹਾਣੀਆਂ ਵਿੱਚ ਉਸਨੇ ਸਾਡੀ ਹਜ਼ਾਰਾਂ ਵਰੇ ਪੁਰਾਣੀ ਪਰੰਪਰਾ, ਇਤਿਹਾਸ, ਪੁਰਾਣ ਤੇ ਮਿਥਿਹਾਸ ਨੂੰ ਆਪਣਾ ਕਥਾ ਵਸਤੂ ਬਣਾਇਆ ਹੈ। ਜੇ ਤੁਸੀਂ ਇਤਿਹਾਸ ਦੇ ਵਿੱਚੋਂ, ਮਿਥਿਹਾਸ ਦੇ ਵਿੱਚੋਂ ਜਾਂ ਜਾਤਕ ਕਥਾ ਵਿੱਚੋਂ ਕੋਈ ਬਿਲਕੁਲ ਉਸੇ ਤਰ੍ਹਾਂ ਕਹਾਣੀ ਲੈਂਦੇ ਹੋ ਤਾਂ ਉਹ ਕਥਾ ਬਣ ਜਾਏਗੀ ਜਿੱਦਾਂ ਪੁਰਾਣੀਆਂ ਕਥਾ ਹੁੰਦੀਆਂ, ਲੇਕਿਨ ਉਹਦੇ ਵਿੱਚ ਲੁਕੇ ਹੋਏ ਜਿਹੜੇ ਨੇ ਸਵਾਲ ਨੇ ਉਹ ਬੜੇ ਜਿਵੇਂ ਮਾਡਰਨ ਜਿਹਨੂੰ ਕਹਿ ਸਕਦੇ ਆ ਨਾ, ਉਹ ਉਸ ਤਰ੍ਹਾਂ ਦੇ ਨੇ ਜਿਹਦੇ ਵਿੱਚ ਖਾਸ ਕਰਕੇ ਦਲਿਤਾਂ ਬਾਰੇ, ਛੋਟੀਆਂ ਜਾਤੀਆਂ ਬਾਰੇ, ਜੇ ਬ੍ਰਾਹਮਣਵਾਦ ਬਾਰੇ ਅਤੇ ਇਸ ਤਰ੍ਹਾਂ ਦੇ ਜਿਹੜੇ ਸਵਾਲ ਹੈ ਉਹਦੇ ਵਿੱਚੋਂ ਨਿਕਲਦੇ ਆ। ਅਤੇ ਉਸ ਨੂੰ ਫਿਰ ਮੈਂ ਉਹਨਾਂ ਕਹਾਣੀਆਂ ਦੇ ਵਿੱਚ ਲਿਆ ਕੇ ਅਤੇ ਉਸ ਨੂੰ ਜ਼ਿਆਦਾ ਇੰਪੋਰਟੈਂਸ ਦਿੰਦਾ ਅਤੇ ਉਹ ਫਿਰ ਉਹ ਜਿਹੜੀ ਹੈ ਕਹਾਣੀ ਜਿਹੜੀ ਆ ਉਹ ਮਾਡਰਨ ਕਹਾਣੀ ਬਣ ਜਾਂਦੀ ਹੈ, ਸਿਰਫ ਇਤਿਹਾਸਕ ਨਹੀਂ ਰਹਿੰਦੀ। ਫਿਰ ਚਾਰ ਨਾਵਲ ਸਾਡੇ ਕੋਲ ਤੁਹਾਡੇ ਆ ਚੁੱਕੇ ਆ, ਪਰ ਸਭ ਤੋਂ ਪਹਿਲਾਂ ਨਾਵਲ ਜਿਹੜਾ ਯੁੱਧਨਾਦ ਸੀ ਉਹਦੇ ਨਾਲ ਹੀ ਤੁਹਾਡੀ ਚੜ੍ਹਤ ਮੱਚ ਜਾਂਦੀ ਹੈ, ਇਹਦੇ ਬਾਰੇ ਕੁਛ ਗੱਲ ਹੋ ਜਾਵੇ ਯੁੱਧਨਾਦ ਬਾਰੇ। ਇਹਦਾ ਵੀ ਸਵਾਲ ਦਾ ਜਵਾਬ ਉਸੇ ਤਰ੍ਹਾਂ ਜਿਸ ਤਰੀਕੇ ਦੇ ਨਾਲ 20,000 ਲੰਬੀ ਦੇਸ਼ ਕਾਲ ਯਾਤਰਾ ਬਾਰੇ ਹੈ ਕਿ ਇਹਦਾ ਖਿਆਲ ਵੀ ਮੈਨੂੰ ਕਾਫੀ ਪਹਿਲਾਂ ਆ ਗਿਆ ਸੀ ਲਿਖਣ ਦਾ ਕਿ ਮੈਂ ਇਹ ਨਾਵਲ ਲਿਖਣਾ। ਉਹ ਨਾਵਲ ਲਿਖਣ ਦਾ ਜਿਹੜਾ ਬੀਜ ਸੀ ਉਹ ਇਹ ਹੈ ਕਿ ਇੱਕ ਮੈਂ ਹਿਸਟਰੀ ਦੀ ਕਿਤਾਬ ਪੜ੍ਹ ਰਿਹਾ ਸੀਗਾ, ਹਿੰਦੀ ਹਿੰਦੁਸਤਾਨ ਦੀ ਹਿਸਟਰੀ ਦੀ, ਪ੍ਰਾਚੀਨ ਹਿੰਦੁਸਤਾਨ ਦੀ। ਉਹਦੇ ਵਿੱਚ ਸਿਰਫ ਦੋ ਸੈਂਟੈਂਸ ਪੜ੍ਹੇ ਕਿ ਸਿਕੰਦਰ ਨੇ ਪੋਰਸ ਤੋਂ ਦੀ ਲੜਾਈ ਤੋਂ ਬਾਅਦ, ਪੋਰਸ ਨਾਲ ਲੜਾਈ ਤੋਂ ਬਾਅਦ ਜਿਸ ਵੇਲੇ ਅੱਗੇ ਵਧਿਆ ਅਤੇ ਬਿਆਸ ਦੇ ਕਿਨਾਰੇ ਤੋਂ ਵਾਪਸ ਚਲਾ ਗਿਆ ਅਤੇ ਉਹਦੀ ਆਖਰੀ ਲੜਾਈ ਜੰਡਾਲ ਪਿੰਡ, ਜਿਹੜਾ ਜੰਡਾਲ ਦਾ ਕਿਲ੍ਹਾ ਸੀ ਉੱਥੇ ਹੋਈ, ਕੱਠ ਜਨਪਦ ਦੇ ਨਾਲ। ਹੁਣ ਮੇਰਾ ਜਿਹੜਾ ਜਨਮ ਹੈ ਉਹ ਉਸੇ ਜਗ੍ਹਾ ਦਾ ਹੈ, ਜੰਡਿਆਲਾ ਵਿੱਚ ਮੈਂ ਪੜ੍ਹਿਆ ਅਤੇ ਜਿੱਥੋਂ ਉਹ ਵਾਪਸ ਗਿਆ ਮੈਨੂੰ ਲੱਗਿਆ ਉਹ ਮੇਰੇ ਪਿੰਡ ਤੋਂ ਹੀ ਵਾਪਸ ਗਿਆ, ਕਿਉਂਕਿ ਉਹਦਾ ਜਿਹੜਾ ਨਕਸ਼ਾ ਹਿਸਟਰੀ ਵੀ ਦਿੱਤਾ ਹੋਇਆ ਸੀ ਉਹ ਉਹੀ ਸੀਗਾ। ਅਤੇ ਮੈਂ ਸੋਚਿਆ ਕਿ ਮੈਂ ਇਹ ਨਾਵਲ ਲਿਖਣਾ ਸ਼ੁਰੂ ਕਰਾਂਗਾ ਅਤੇ ਉਹਦੇ ਲਈ ਮੈਂ ਸਟੱਡੀ ਕਰਦਾ ਰਿਹਾ ਅਤੇ ਸਟੱਡੀ ਕਰਦਿਆਂ ਕਰਦਿਆਂ ਤਾਂ ਮੈਨੂੰ ਬਹੁਤ ਕੁਝ ਮਿਲਿਆ। ਮਿਲਿਆ ਇਹ ਕਿ ਪੋਰਸ ਜਿਹੜਾ ਸੀਗਾ ਉਹ ਬੇਸ਼ੱਕ ਲੜਿਆ, ਹੈਂ, ਲੜਨ ਤੋਂ ਬਾਅਦ ਉਹਨਾਂ ਦੀ ਸੰਧੀ ਹੋ ਗਈ, ਉਸ ਤੋਂ ਬਾਅਦ ਪੋਰਸ ਜਿਹੜਾ ਸੀਗਾ ਉਸ ਦਾ ਸਿਕੰਦਰ ਦਾ ਇਲਾਈ ਬਣ ਗਿਆ ਅਤੇ ਉਸ ਦੇ ਜਿਹੜੀਆਂ ਅਖੀਰਲੀ ਜੰਗ ਕੀਤੀਆਂ ਉਹ ਜਨਪਦਾਂ ਨਾਲ ਸੀਗੀਆਂ। ਜਨਪਦ ਮੱਲ ਅਤੇ ਕੱਠ ਅਤੇ ਸ਼ੂਦਰ ਇਸ ਤਰ੍ਹਾਂ ਦੇ ਨਾਮ ਸੀਗੇ। ਉਹ ਸਾਰੇ ਜਿਹੜੇ ਨੇ ਉਹ ਰਾਵੀ ਅਤੇ ਬਿਆਸ ਦੇ ਵਿਚਕਾਰ ਉਹ ਰਹਿੰਦੇ ਸੀ ਜਿੱਥੋਂ ਦਾ ਮੈਂ ਰਹਿਣ ਵਾਲਾ। ਤੋ ਮੈਨੂੰ ਲੱਗਿਆ ਕਿ ਪੁਰਸ ਤਾਂ ਜਿਹਨੂੰ ਅਸੀਂ ਹੀਰੋ ਬਣਾਇਆ ਹੋਇਆ ਉਹ ਅਸਲ ਵਿੱਚ ਹੀਰੋ ਨਹੀਂ ਸੀ, ਹੀਰੋ ਜਿਹੜੇ ਸੀਗੇ ਉਹ ਤਾਂ ਜਨਪਦ ਸੀਗੇ। ਅਤੇ ਇਸ ਕਰਕੇ ਮੈਂ ਉਹਨੂੰ ਸੋਚਿਆ ਕਿ ਮੈਂ ਇਹਦੇ ਬਾਰੇ ਲਿਖਾਂਗਾ ਅਤੇ ਮੈਂ 1990 ਦੇ ਵਿੱਚ ਇੱਕ ਛੋਟਾ ਜਿਹਾ ਨਾਵਲਟ ਲਿਖਿਆ, 4-5 ਕਿਸ਼ਤਾਂ ਦਾ, ਉਹ ਅਕਸ ਵਿੱਚ ਛਪਿਆ ਅਤੇ ਉਹਦੀ ਮੈਨੂੰ ਬਹੁਤੀ ਪ੍ਰਤੀਕਰਮ ਨਹੀਂ ਮਿਲਿਆ ਅਤੇ ਮੈਨੂੰ ਬਹੁਤੀ ਤਸੱਲੀ ਵੀ ਨਹੀਂ ਹੋਈ। ਮੈਨੂੰ ਲੱਗਿਆ ਕਿ ਪੂਰੀ ਗੱਲ ਮੈਂ ਕਹਿ ਨਹੀਂ ਸਕਿਆ। ਉਸ ਤੋਂ ਬਾਅਦ ਫਿਰ ਮੈਂ ਰਿਸਰਚ ਸ਼ੁਰੂ ਕੀਤੀ, ਕਿਤਾਬਾਂ ਇਕੱਠੀਆਂ ਸ਼ੁਰੂ ਕੀਤੀਆਂ ਕਰਨੀਆਂ, ਜਿੰਨੀਆਂ ਵੀ ਸਿਕੰਦਰ ਦੇ ਬਾਰੇ 8-9 ਕਿਤਾਬਾਂ ਮਿਲਦੀਆਂ ਸੀਗੀਆਂ ਉਹ ਸਾਰੀਆਂ ਲਈਆਂ। ਜਨਪਦਾਂ ਦੀ ਕਿਤਾਬਾਂ ਮਿਲਣੀਆਂ ਬਹੁਤ ਮੁਸ਼ਕਲ ਸੀਗੀਆਂ, ਉਹ ਵੀ ਕਿਸੇ ਤਰੀਕੇ ਨਾਲ ਹਾਸਿਲ ਕੀਤੀਆਂ ਅਤੇ ਮਟੀਰੀਅਲ ਇਕੱਠਾ ਕਰਕੇ ਅਤੇ ਫਿਰ ਮੈਂ ਲਿਖਿਆ। ਬਾਬਾ ਜੀ, ਹੁਣ ਤੱਕ ਤੁਹਾਡੇ 5 ਨਾਵਲ ਆ ਗਏ, ਉਹ 5 ਨਾਵਲ ਜਿਹੜੇ ਆ ਉਹ ਇਤਿਹਾਸਕ ਨਾਵਲ ਆ। ਇਹਨਾਂ ਵਿੱਚ ਇਤਿਹਾਸਕ ਪਾਤਰਾਂ ਤੋਂ ਇਲਾਵਾ ਕੁਛ ਕਲਪਿਤ ਪਾਤਰ ਵੀ ਹੈਗੇ। ਉਹ ਜਿਹੜੇ ਕਲਪਿਤ ਪਾਤਰ ਆ ਉਹਨਾਂ ਦੀ ਕੋਈ ਇਤਿਹਾਸਕ ਮਜਬੂਰੀ ਸੀ ਤੁਹਾਡੀ ਕਿ ਹੁਣ ਪਾਉਣੇ ਪੈਣੇ ਆ? ਆਮ ਤੌਰ ਦੇ ਉੱਤੇ ਜਿਹੜੇ ਇਤਿਹਾਸਕ ਪਾਤਰ ਹੁੰਦੇ ਨੇ ਇਤਿਹਾਸ ਦੇ ਵਿੱਚ ਜਿਹੜੇ ਨੇ ਉਹ ਮੈਂ ਜ਼ਰੂਰ ਲੈਂਦਾ, ਉਹਦੇ ਵਿੱਚ ਮੈਂ ਬਹੁਤੀ ਗੜਬੜ ਨਹੀਂ ਕਰਦਾ। ਪਰ
ਕਿਸੇ ਵੇਲੇ ਮਜਬੂਰੀ ਹੁੰਦੀ ਹੈ ਤਾਂ ਉੱਥੇ ਉਹ ਕਰਨਾ ਹੀ ਪੈਂਦਾ ਹੈ। ਖਾਸ ਕਰਕੇ ਜੇ ਗੱਲ ਕਰੀਏ ਯੁੱਧਨਾਥ ਦੀ ਹੀ, ਉਹਦੇ ਵਿੱਚ ਪੋਰਸ ਵੀ, ਚਨਕਿਆ ਵੀ, ਚੰਦਰਗੁਪਤ ਵੀ, ਸਾਰੇ ਜਿਹੜੇ ਨੇ ਇਤਿਹਾਸਿਕ ਨਾਵਲ ਨੇ। ਲੇਕਿਨ ਜਿਹੜਾ ਮੈਂ ਬੈਕਗਰਾਊਂਡ ਲਈ ਹੈ, ਜਿਹੜੇ ਮੈਂ ਸਬਜੈਕਟ ਲਿਆ, ਉਹ ਲਿਆ ਹੈਗਾ ਵਾ ਜਨਪਦ। ਜਨਪਦ ਬਾਰੇ ਇਤਿਹਾਸ ਜਿਹੜਾ ਉਹ ਮਿਲਦਾ ਹੀ ਨਹੀਂ, ਜਾਂ ਇਤਿਹਾਸ ਜਿਹੜਾ ਉਹ ਬਹੁਤ ਘੱਟ ਮਿਲਦਾ ਹੈ। ਅਤੇ ਇਸ ਕਰਕੇ ਉਹ ਜਿਹੜਾ ਪਾਤਰ ਹੈ, ਜਨਪਦ ਪਾਤਰ ਹੈ, ਉਹ ਮੈਂ ਕਲਪਨਾ ਤੋਂ ਲਿਆ। ਅਤੇ ਉਹ ਕਲਪਨਾ ਤੋਂ ਲੈਣ ਦਾ ਇੱਕ ਫਾਇਦਾ ਇਹ ਵੀ ਹੁੰਦਾ ਹੈ ਕਿ ਤੁਸੀਂ ਉਸਨੂੰ ਆਪਣੇ ਹਿਸਾਬ ਦੇ ਨਾਲ ਮੋੜ ਸਕਦੇ ਹੋ, ਆਪਣੇ ਹਿਸਾਬ ਦੇ ਨਾਲ ਉਹਨੂੰ ਕਰੈਕਟਰ ਦੇ ਸਕਦੇ ਹੋ, ਆਪਣੇ ਹਿਸਾਬ ਦੇ ਨਾਲ ਉਹਨੂੰ ਬੈਕਗਰਾਊਂਡ ਬਣਾ ਸਕਦੇ ਹੋ। ਮਨਮੋਹਨ ਬਾਵਾ ਇਤਿਹਾਸ, ਮਿਥਿਹਾਸ ਅਤੇ ਪੌਰਾਣਿਕ ਹਵਾਲਿਆਂ ਨਾਲ ਆਧੁਨਿਕ ਗੁੰਝਲਦਾਰ ਅਤੇ ਸੰਘਣੇ ਸਮਾਜਿਕ ਯਥਾਰਥ ਨੂੰ ਆਪਣੀ ਸੰਵੇਦਨਾ ਦੇ ਘੇਰੇ ਦੀ ਵਸਤੂ ਬਣਾ ਕੇ ਉੱਚ ਪੱਧਰ ਦੀਆਂ ਗਲਪ ਰਚਨਾਵਾਂ ਕਰ ਸਕਣ ਚ ਨਿਪੁੰਨ ਰਚਨਾਤਮਕ ਪ੍ਰਤਿਭਾ ਦਾ ਨਾਮ ਹੈ। ਧੰਨ ਭਾਗ ਹੈ ਪੰਜਾਬੀ ਮਾਂ ਬੋਲੀ ਅਤੇ ਮਨਮੋਹਨ ਬਾਵਾ ਦੇ ਕਿ ਉਹਨਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਖਾਸ ਕਰਕੇ ਜਿਹੜੀ ਸਫ਼ਰਨਾਮਾ ਵਿਧਾ ਉਹਦੇ ਵਿੱਚ ਵਾਧਾ ਕੀਤਾ। ਦੂਸਰਾ ਉਹਨਾਂ ਦਾ ਇਹ ਸੀਗਾ ਕਿ ਉਹਨਾਂ ਨੇ ਆਪਣੇ ਖਾਸ ਕਰਕੇ ਪ੍ਰਾਚੀਨ ਇਤਿਹਾਸ ਸੀ ਜਿਹੜਾ, ਅਤੇ ਉਸ ਤੋਂ ਬਾਅਦ ਫਿਰ ਮੱਧਕਾਲੀਨ ਇਤਿਹਾਸ ਜਿਹੜਾ ਹੈ ਜਾਂ ਮਿਥਿਹਾਸ ਜਿਹੜਾ ਹੈ, ਇਸ ਨੂੰ ਲੈ ਕੇ ਉਹਨਾਂ ਨੇ ਬਹੁਤ ਸਾਰੀਆਂ ਰਚਨਾਵਾਂ ਰਚੀਆਂ। ਉਹਨਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ, ਉਹਨੇ ਬਹੁਤ ਸਾਰੇ ਨਾਵਲ ਅਤੇ ਹੋਰ ਬਹੁਤ ਸਾਰੇ ਲੇਖ ਪਿੱਛੇ ਜੀ ਉਹਨਾਂ ਦੀ ਇੱਕ ਕਿਤਾਬ ਬੜੀ ਜਿਹੜੀ ਕਿ ਪਾਠਕਾਂ ਦੇ ਵਿੱਚ ਮਕਬੂਲ ਵੀ ਹੋਈ ਹੈ, ਭਾਰਤੀ ਇਤਿਹਾਸ ਅਤੇ ਮਿਥਿਹਾਸ ਬਾਰੇ। ਅਤੇ ਉਹ ਇੱਕ ਬਿਲਕੁਲ ਵੱਖਰੀ ਕਿਸਮ ਦੀ ਹੈ, ਸਾਨੂੰ ਅੱਜ ਤੱਕ ਇਹ ਨਹੀਂ ਸੀ ਪਤਾ ਵੀ ਇਤਿਹਾਸ ਨੂੰ ਕਿਵੇਂ ਪੜ੍ਹੀਦਾ। ਅਸੀਂ ਉਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਮਨਮੋਹਨ ਬਾਵਾ ਜੀ ਦੀ ਇਹ ਮਤਲਬ ਕਿ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕਿ ਉਹਨਾਂ ਨੇ ਪੰਜਾਬੀ ਪਾਠਕ ਨੂੰ ਜਿਹੜਾ ਹੈ ਬਹੁਤ ਹੀ ਸੁਚੇਤ ਕੀਤਾ, ਜਿਹੜਾ ਕਿ ਉਹਨਾਂ ਦੀ ਬਹੁਤ ਵੱਡੀ ਦੇਣ ਹੈ। ਮਨਮੋਹਨ ਬਾਵਾ ਅਣਥਕ ਯਾਤਰੂ ਅਤੇ ਪਰਬਤ ਆਰੋਹੀ ਹੈ ਅਤੇ ਸਫ਼ਰ ਬਿਰਤਾਂਤ ਵਾਲੇ ਸਫ਼ਰਨਾਮੇ ਲਿਖਣ ਵਾਲਾ ਅਤੇ ਨਵੇਂ ਰਾਹ ਤਲਾਸ਼ਦਾ ਅਤੇ ਨਕਸ਼ੇ ਬਣਾਉਂਦਾ ਹੈ। ਇਹ ਇਸ ਤਰ੍ਹਾਂ ਹੋਇਆ ਕਿ ਜਿਸ ਵੇਲੇ ਮੈਂ ਟਰੈਕਿੰਗ ਸ਼ੁਰੂ ਕੀਤੀ ਉਦੋਂ ਤੱਕ ਹਿੰਦੁਸਤਾਨ ਦੇ ਵਿੱਚ ਕੋਈ ਵੀ ਟਰੈਕਿੰਗ ਦਾ ਨਕਸ਼ਾ ਨਹੀਂ ਸੀ, ਕੋਈ ਟਰੈਕਿੰਗ ਗਾਈਡ ਨਹੀਂ ਸੀ। ਅਤੇ ਕਿਤੇ ਜਾਣਾ ਹੋਵੇ ਤਾਂ ਬਹੁਤ ਮੁਸ਼ਕਿਲ ਆਉਂਦੀ ਸੀ। ਅਤੇ ਪਹਿਲਾਂ ਜਦੋਂ ਸ਼ੁਰੂ ਕੀਤਾ ਤਾਂ ਉਹ ਬਿਨਾਂ ਨਕਸ਼ੇ ਤੋਂ ਸ਼ੁਰੂ ਕੀਤਾ। ਕਿਸੇ ਜਗ੍ਹਾ ਪਹੁੰਚ ਗਏ, ਥੋੜ੍ਹਾ ਜਿਹਾ ਵੀ ਹਿੰਟ ਮਿਲ ਗਿਆ ਵੀ ਇੱਧਰੋਂ ਕੋਈ ਰਸਤਾ ਇੱਥੋਂ ਲੈ ਕੇ ਉੱਥੋਂ ਤੱਕ ਜਾਂਦਾ ਹੈ, ਅਤੇ ਕੋਈ ਗੱਦੀ ਮਿਲ ਗਿਆ, ਕੋਈ ਭੇਡਾਂ ਵਾਲੇ ਮਿਲ ਗਏ, ਉਹਨਾਂ ਦੇ ਨਾਲ ਅਸੀਂ ਤੁਰਦੇ ਗਏ ਅਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਦੂਜੀ ਜਗ੍ਹਾ ਤੋਂ ਤੀਜੀ ਜਗ੍ਹਾ, ਅਤੇ ਨਾਲੋ ਨਾਲ ਨੋਟ ਕਰਦੇ ਗਏ, ਕਿਤਾਬ ਕਾਗਜ਼ ਦੇ ਉੱਤੇ ਨੋਟ ਕਰਦੇ ਗਏ। ਅਤੇ ਇਸੇ ਤਰੀਕੇ ਨਾਲ ਜਦੋਂ ਜਦੋਂ ਵੀ ਟਰੈਕਿੰਗ ਕਰਨ ਜਾਂਦਾ ਸੀਗਾ ਤਾਂ ਮੈਂ ਸਾਰੇ ਨਕਸ਼ੇ ਕਾਗਜ਼ਾਂ ਦੇ ਉੱਤੇ ਬਣਾਉਂਦਾ ਰਹਿੰਦਾ ਸੀ। ਸਿਰਫ ਇਹੀ ਨਹੀਂ, ਇਹ ਸੋਚਣਾ ਵੀ ਅਗਲੀ ਵਾਰੀ ਵੀ ਆਉਣਾ ਹੈ ਅਤੇ ਇਹ ਰਸਤਾ ਕਿੱਧਰ ਜਾਂਦਾ ਉਹ ਵੀ ਮੈਂ ਨਕਸ਼ੇ ਬਣਾਉਂਦਾ ਰਿਹਾ। ਉਸ ਤੋਂ ਬਾਅਦ ਅਸੀਂ ਇੱਕ ਐਸੋਸੀਏਸ਼ਨ ਸ਼ੁਰੂ ਕੀਤੀ, ਕਲਾਈਂਬਰ ਐਂਡ ਐਕਸਪਲੋਰਰਸ ਕਲੱਬ, ਉਹਦਾ ਇੱਕ ਮੈਗਜ਼ੀਨ ਵੀ ਸ਼ੁਰੂ ਕੀਤਾ, ਉਹਦਾ ਨਾਮ ਸੀ ਅਭਿਆਤਰੀ। ਉਹਦੇ ਵਿੱਚ ਜਿੰਨੇ ਵੀ ਆਰਟੀਕਲ ਲਿਖਦੇ ਸੀਗੇ ਸਾਡੇ ਟਰੈਕਿੰਗ ਵਾਲੇ, ਮਾਊਂਟੇਨਿੰਗ ਵਾਲੇ, ਉਹਨਾਂ ਦੇ ਸਾਰੇ ਦੇ ਨਕਸ਼ੇ ਮੈਂ ਬਣਾਉਂਦਾ ਸੀ। ਇੱਦਾਂ ਕਰਕੇ ਨਕਸ਼ਿਆਂ ਦੀ ਮੈਨੂੰ ਪ੍ਰੈਕਟਿਸ ਹੋ ਗਈ। ਫਿਰ ਇੱਕ ਇੰਟਰਨੈਸ਼ਨਲ ਕੰਪਨੀ ਸੀ ਪਬਲਿਸ਼ਿੰਗ ਦੀ, ਉਹਨਾਂ ਨੂੰ ਲੋੜ ਪਈ ਅਤੇ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਜਾਂ ਮੈਂ ਉਹਨਾਂ ਨੂੰ ਅਪਰੋਚ ਕੀਤਾ, ਅਤੇ ਫਿਰ ਮੈਂ ਸਾਰੇ ਹਿੰਦੁਸਤਾਨ ਦੇ, ਸਾਰੇ ਹਿਮਾਲਿਆ ਦੇ ਨਕਸ਼ੇ ਉਸ ਫਰਮ ਦੇ ਲਈ ਬਣਾਏ, ਅਤੇ ਜਿਹੜੇ ਕਿ ਪਿਛਲੇ 25 ਸਾਲ ਤੋਂ ਛਪ ਰਹੇ ਨੇ ਅਤੇ ਸਾਰੇ ਦੁਨੀਆਂ ਦੇ ਵਿੱਚ ਵਿਕ ਰਹੇ ਨੇ। ਮਨਮੋਹਨ ਬਾਵਾ ਕੁਦਰਤ ਦੇ ਹੁਸਨ ਨੂੰ ਕੈਨਵਸ ਤੇ ਉਤਾਰਨ ਲਈ ਚਿੱਤਰਕਾਰੀ ਦਾ ਵਿਸ਼ੇਸ਼ ਰੁਤਬਾ ਰੱਖਦਾ ਹੈ।
ਬਾਬਾ ਜੀ, ਪੰਜਾਬੀ ਸਾਹਿਤ ਦੀਆਂ ਇਹ ਤਿੰਨ ਵਿਧਾਵਾਂ ਤੋਂ ਇਲਾਵਾ ਤੁਸੀਂ ਇੱਕ ਵੱਡੇ ਚਿੱਤਰਕਾਰ ਵੀ ਹੋ, ਪਰ ਉਹ ਚਿੱਤਰਕਾਰ ਵੱਡੇ ਚਿੱਤਰਕਾਰ ਦੇ ਤੌਰ 'ਤੇ ਪੰਜਾਬੀ ਤੁਹਾਨੂੰ ਜਾਣਦੇ ਨਹੀਂ, ਇਹਦਾ ਕੀ ਕਾਰਨ ਹੈ? ਨਹੀਂ, ਉਹ ਪਹਿਲਾਂ ਹੀ ਮੈਂ ਜਿਹੜਾ ਸੀਗਾ ਚਿੱਤਰਕਲਾ ਨੂੰ ਪਿੱਛੇ ਕਰ ਛੱਡ ਦਿੱਤਾ ਹੋਇਆ ਸੀ, ਅਤੇ ਉਸਦੇ ਇਲਾਵਾ ਲਿਖਣ ਦੇ ਇਲਾਵਾ ਲਿਖਣਾ ਬਾਅਦ ਵਿੱਚ ਮੈਂ ਟਰੈਕਿੰਗ ਅਤੇ ਮਾਊਂਟੇਨਰਿੰਗ ਦੇ ਵਿੱਚ ਅਤੇ ਉਹਦੇ ਜਿਹੜੇ ਨਕਸ਼ੇ ਬਣਾਉਣ ਦੇ ਵਿੱਚ ਜ਼ਿਆਦਾ ਪੈ ਗਿਆ। ਉਹਦੇ ਵਿੱਚ ਮੇਰੇ ਤਕਰੀਬਨ 20 ਸਾਲ ਜਿਹੜੇ ਨੇ ਉਸੇ ਵਿੱਚ ਲੰਘ ਗਏ। ਨਕਸ਼ੇ ਬਣਾਉਣ ਵਿੱਚ 20 ਸਾਲ ਨਕਸ਼ ਪਹਿਲਾਂ ਤਾਂ ਟਰੈਕਿੰਗ ਦੇ ਸ਼ੁਰੂ ਕਰਨ ਦੇ ਵਿੱਚ, ਜਿਸ ਵੇਲੇ ਅਸੀਂ ਟਰੈਕਿੰਗ ਸ਼ੁਰੂ ਕੀਤੀ ਉਦੋਂ ਤੱਕ ਹਿੰਦੁਸਤਾਨ ਦੇ ਵਿੱਚ ਟਰੈਕਿੰਗ ਦੇ ਲਫਜ਼ ਵੀ ਨਹੀਂ ਸੀ ਕੋਈ ਜਾਣਦਾ, ਇਹਦਾ ਮਤਲਬ ਕੀ ਆ। ਨਾ ਰੁੱਕ ਸੈਕ ਮਿਲਦਾ ਸੀ, ਨਾ ਟੈਂਟ ਮਿਲਦਾ ਸੀ, ਨਾ ਸਲੀਪਿੰਗ ਬੈਗ ਮਿਲਦਾ ਸੀ। ਯਾਨੀ ਟਰੈਕਿੰਗ ਅਸੀਂ ਸ਼ੁਰੂ ਕੀਤੀ, ਐਸੋਸੀਏਸ਼ਨਾਂ ਬਣਾਈਆਂ, ਦਿੱਲੀ ਮਾਊਂਟਰਿੰਗ ਐਸੋਸੀਏਸ਼ਨ ਬਣਾਈ, ਕਲਾਈਂਬਰ ਫਲੋਰਲ ਕਲੱਬ ਬਣਾਈ। ਮੈਂ ਯੂਥ ਹੋਸਟਲ ਐਸੋਸੀਏਸ਼ਨ ਆਫ ਇੰਡੀਆ ਦਾ ਫਾਊਂਡਰ ਮੈਂਬਰ ਰਿਹਾ। ਇਸ ਤਰੀਕੇ ਨਾਲ ਉਹਦੇ ਵਿੱਚ ਮੇਰੇ 15-20 ਸਾਲ ਜਿਹੜੇ ਨੇ ਲੰਘਾ, ਅਤੇ ਕਾਫੀ ਕੁਛ ਮੈਂ ਸਿੱਖਿਆ ਵੀ, ਕਾਫੀ ਕੁਛ ਮੈਂ ਦਿੱਤਾ ਵੀ ਯੂਥ ਨੂੰ ਖਾਸ ਕਰਕੇ। 1961 ਵਿੱਚ ਮਨਮੋਹਨ ਬਾਵਾ ਆਪਣੇ ਸਾਥੀਆਂ ਨਾਲ ਮਿਲ ਕੇ ਭਾਰਤ ਤੋਂ ਇੰਗਲੈਂਡ ਤੱਕ ਦਾ ਸਫ਼ਰ ਸੜਕੋ ਸੜਕ ਕਰਕੇ ਆਇਆ, ਪਰੰਤੂ ਇਸ ਸਫ਼ਰ ਬਾਰੇ ਉਸਨੇ ਲਿਖਿਆ ਨਾ। ਪਹਿਲਾ ਸਫ਼ਰਨਾਮਾ ਆ ਚੱਲੀਏ ਬਰਫ਼ਾਂ ਦੇ ਪਾਰ ਮਨਮੋਹਨ ਬਾਵਾ 1981 ਵਿੱਚ ਬੱਚਿਆਂ ਲਈ ਲਿਖਦਾ ਹੈ, ਫਿਰ 1990 ਵਿੱਚ ਛਪਦਾ ਹੈ ਸਫ਼ਰਨਾਮਾ, ਅਤੇ 2000 ਵਿੱਚ ਇੱਕ ਪਰਬਤ ਦੋ ਦਰਿਆ। ਪਰੰਤੂ ਸਫ਼ਰਨਾਮੇ ਦੀ ਵਿਧਾ ਵਿੱਚ ਮਨਮੋਹਨ ਬਾਵਾ ਦਾ ਨਾਂ ਇੱਕਦਮ ਚਮਕ ਉੱਠਦਾ ਹੈ 2002 ਵਿੱਚ ਛਪੇ ਜੰਗਲ ਜੰਗਲ ਪਰਬਤ ਪਰਬਤ ਨਾਲ। ਇਸ ਤੋਂ ਬਾਅਦ 2007 ਵਿੱਚ ਉਸਦਾ ਅਗਲੇਰਾ ਸਫ਼ਰਨਾਮਾ ਪਾਥੀ ਮੰਜ਼ਲ ਛਪਦਾ ਹੈ, ਅਤੇ 2013 ਵਿੱਚ ਆ ਕੇ ਸਾਡੇ ਹੱਥਾਂ ਵਿੱਚ ਪਹੁੰਚਦਾ ਹੈ ਉਸਦਾ 6ਵਾਂ ਸਫ਼ਰਨਾਮਾ 20,000 ਮੀਲ ਲੰਬੀ ਦੇਸ਼ ਕਾਲ ਯਾਤਰਾ। ਇਹ ਉਹ ਸਫ਼ਰਨਾਮਾ ਹੈ ਜਿਹੜਾ ਇਤਿਹਾਸਕ ਤਰਤੀਬ ਮੁਤਾਬਕ ਉਸਦੀ ਪਹਿਲੀ ਪੁਸਤਕ ਦਾ ਰੂਪ ਲੈ ਸਕਦਾ ਸੀ। ਇਸ ਸਫ਼ਰਨਾਮੇ ਵਿੱਚ ਮਨਮੋਹਨ ਬਾਵਾ ਨੇ 5 ਦਹਾਕੇ ਪਹਿਲਾਂ ਭਾਰਤ ਤੋਂ ਇੰਗਲੈਂਡ ਤੱਕ ਕੀਤੇ 5 ਮਹੀਨਿਆਂ ਦੇ ਸਫ਼ਰ ਨੂੰ ਕਲਮਬੱਧ ਕੀਤਾ ਹੈ। ਉਹ ਵੈਸੇ ਤਾਂ ਮੈਂ 1961 ਵਿੱਚ ਕੀਤਾ ਸੀ ਇਹ ਸਫ਼ਰ, ਪਰ ਉਸ ਵੇਲੇ ਜਿਹੜਾ ਮੈਂ ਲਿਖਿਆ ਉਹਦੀ ਮੇਰੀ ਤਸੱਲੀ ਨਹੀਂ ਹੋਈ, ਅਤੇ ਮੈਂ ਸੋਚਿਆ ਕਿ ਇਹ ਆਰਾਮ ਦੇ ਨਾਲ ਲਿਖਾਂਗਾ ਜਿਸ ਵੇਲੇ ਮੈਨੂੰ ਪੂਰੀ ਤਿਆਰੀ ਹੋ ਜਾਏਗੀ, ਅਤੇ ਫਿਰ ਮੈਂ ਇਹ 2011 ਦੇ ਵਿੱਚ ਲਿਖਣੀ ਸ਼ੁਰੂ ਕੀਤੀ ਅਤੇ 12-13 ਦੇ ਵਿੱਚ ਖਤਮ ਕਰ ਲਈ। ਅਤੇ ਇਹਦਾ ਜਿਹੜਾ ਸਿਲਸਿਲਾ ਬਣਿਆ ਉਹ ਇਸ ਤਰ੍ਹਾਂ ਬਣਿਆ ਕਿ ਮੇਰੇ ਕੁਝ ਦੋਸਤ ਆਏ ਇੰਗਲੈਂਡ ਤੋਂ, ਅਤੇ ਅਸੀਂ ਇਹ ਪ੍ਰੋਗਰਾਮ ਬਣਾਇਆ ਕਿ ਬਾਈ ਲੈਂਡ ਰੂਟ ਇੰਡੀਆ ਤੋਂ ਲੰਡਨ ਜਾਈਏ। ਉਹਦਾ ਪ੍ਰੋਗਰਾਮ ਕਾਫੀ ਦੇਰ ਤੱਕ ਅਸੀਂ ਚੱਲਦਾ ਰਿਹਾ ਕਿ ਪੈਸੇ ਸਾਡੇ ਮੇਰੇ ਕੋਲ ਵੀ ਨਹੀਂ ਸੀ, ਪੈਸੇ ਉਹਨਾਂ ਦੇ ਕੋਲ ਵੀ ਨਹੀਂ ਸੀ। ਉਹ ਜ਼ਮਾਨਾ ਐਸਾ ਸੀ ਕਿ ਪੈਸੇ ਦੀ ਘਾਟ ਸਭ ਦੇ ਕੋਲ ਸੀਗੀ। ਫਿਰ ਅਸੀਂ 2 ਸਾਲ ਤੱਕ ਪਲੈਨਿੰਗ ਕੀਤੀ, ਉਹਦੇ ਵਿੱਚ ਯੂਥ ਹੋਸਟਲ ਐਸੋਸੀਏਸ਼ਨ ਨੂੰ ਲਿਖਿਆ, ਫਿਰ ਵਰਲਡ ਹੈਲਥ ਔਰਗਨਾਈਜੇਸ਼ਨ ਲਿਖਿਆ, ਅਤੇ YMCA ਨੂੰ ਲਿਖਿਆ, ਅਤੇ UNO ਨੂੰ ਵੀ ਲਿਖਿਆ, ਸਾਰਿਆਂ ਕੋਲ ਮਦਦ ਲਈ ਲਿਖਿਆ, ਅਤੇ ਹਰ ਇੱਕ ਦੇ ਕੋਲੋਂ ਸਾਨੂੰ ਹੈਲਪ ਆਉਂਦੀ ਰਹੀ। ਅਤੇ ਇਹਦੇ ਹੈਲਪ ਦੇ ਵਿੱਚ ਰਸਤੇ ਦੇ ਵਿੱਚ ਜਿੱਥੇ ਜਿੱਥੇ ਵੀ ਯੂਥ ਹੋਸਟਲ ਸੀ, ਜਿੱਥੇ ਜਿੱਥੇ ਵੀ YMCA ਸੀਗੇ, ਜਿੱਥੇ ਜਿੱਥੇ ਵੀ ਕੋਈ ਹੋਰ ਅਕੋਮੋਡੇਸ਼ਨ ਇਸ ਤਰ੍ਹਾਂ ਦੀ ਸੀ, ਉਹ ਸਾਰੀ ਸਾਨੂੰ ਫ੍ਰੀ ਮਿਲਦੀ ਗਈ। ਲੇਕਿਨ ਮੌਜ ਦੀ ਗੱਲ ਇਹ ਕਿ ਸਾਨੂੰ UNO ਨੇ ਫ੍ਰੀ ਪੈਟਰੋਲ ਇੰਡੀਆ ਤੋਂ ਲੈ ਕੇ ਲੰਡਨ ਤੱਕ ਮਨਜ਼ੂਰ ਕਰ ਦਿੱਤਾ, ਅਤੇ ਉਹਦੇ ਵਿੱਚ ਸਾਨੂੰ ਕੂਪਨ ਮਿਲ ਗਏ, ਅਤੇ ਜਿੱਥੇ ਜਿੱਥੇ ਵੀ ਬਰਮਾ ਸ਼ੈਲ ਦੇ ਖਾਸ ਕਰਕੇ ਪੈਟਰੋਲ ਪੰਪ ਸੀ, ਕੂਪਨ ਦੇਣਾ ਅਤੇ ਸਾਡੇ ਗੱਡੀ ਫੁੱਲ ਹੋ ਜਾਂਦੀ ਸੀਗੀ। ਇਸ ਤਰ੍ਹਾਂ ਇਹ ਚੱਲਦਾ ਰਿਹਾ, ਇਹਦਾ ਪ੍ਰੋਗਰਾਮ ਬਣਿਆ ਸਾਡਾ। ਮਨਮੋਹਨ ਬਾਵਾ ਦਾ ਡਲਹੌਜ਼ੀ ਵਿਚਲਾ ਹੋਟਲ ਹੌਲੀ ਹੌਲੀ ਪੰਜਾਬੀ ਅਤੇ ਹਿੰਦੀ ਸਾਹਿਤ ਉੱਤੇ ਗੋਸ਼ਟੀਆਂ ਦਾ ਕੇਂਦਰ ਬਣ ਗਿਆ। ਕਈ ਵਾਰੀ ਪਹਿਲਾਂ ਰਾਮ ਸਰੂਪ ਅਣਖੀ ਨੇ ਇੱਥੇ ਸਲਾਨਾ ਕਹਾਣੀ ਗੋਸ਼ਟੀ ਕਰਨੀ ਸ਼ੁਰੂ ਕੀਤੀ, ਜਿਹੜੀ ਉਸਦੀ ਮੌਤ ਤੋਂ ਬਾਅਦ ਉਹਨਾਂ ਦਾ ਪੁੱਤਰ ਕ੍ਰਾਂਤੀਪਾਲ ਬਕਾਇਦਾ ਚਲਾ ਰਿਹਾ ਏ। ਅਦਾਰਾ ਪ੍ਰਵਚਨ ਅਤੇ ਬੀਬੀ ਸਵਰਨ ਕੌਰ ਟਰੱਸਟ ਮਿਲ ਕੇ ਪਿਛਲੇ 11 ਵਰ੍ਹਿਆਂ ਤੋਂ ਗੋਸ਼ਟੀ ਕਰਦੇ ਆ ਰਹੇ ਨੇ। ਮਨਮੋਹਨ ਬਾਵਾ ਦੇ ਛੋਟੇ ਭਰਾ ਮਨਜੀਤ ਬਾਵਾ ਦਾ ਨਾਂ ਦੁਨੀਆਂ ਦੇ ਵੱਡੇ ਚਿੱਤਰਕਾਰਾਂ ਵਿੱਚ ਸ਼ੁਮਾਰ ਹੈ।
ਮਨਮੋਹਨ ਬਾਬਾ ਦੇ ਪਰਿਵਾਰ ਵਿੱਚ ਉਸ ਦੀਆਂ ਦੋ ਬੇਟੀਆਂ ਤੇ ਪਤਨੀ ਹੈ। ਇਹ ਸਭ ਉਸ ਦੇ ਟ੍ਰੈਕਿੰਗ ਤੇ ਸਾਹਿਤ ਸਿਰਜਣ ਵਿੱਚ ਹਮੇਸ਼ਾ ਉਸ ਦੇ ਅੰਗ ਸੰਗ ਰਹਿੰਦੇ ਨੇ। ਜਿਹੜੀ ਯਾਤਰਾਵਾਂ ਵਾਲੀ ਕਿਤਾਬਾਂ ਹੈਗੀਆਂ, ਯਾਤਰਾ ਸੰਸਮਰਣ ਜਿਹੜੇ ਲਿਖੇ ਆ, ਉਹਦੇ 'ਚ ਮੇਰਾ ਥੋੜ੍ਹਾ ਜਿਹਾ ਡਿਸਕਸ਼ਨ ਵੀ ਹੈਗਾ ਅਤੇ ਮੈਂ ਕਈ ਵਾਰੀ ਬਾਬਾ ਸਾਹਿਬ ਨਾਲ ਜਾਂਦੀ ਰਹੀ ਹਾਂ ਅਤੇ ਉਹਦੇ 'ਚ ਮੇਰਾ ਬੜਾ ਇਹ ਸੀਗਾ, ਰੁਚੀ ਸੀਗੀ ਕਿ ਬਾਬਾ ਜੀ ਇਸ ਸਬਜੈਕਟ 'ਤੇ ਜ਼ਰੂਰ ਲਿਖਣ। ਅਤੇ ਬਹੁਤ ਸਾਲ ਪਹਿਲਾਂ ਜਦੋਂ 1961 'ਚ ਇਹ ਵਾਪਸ ਆਏ ਯੂਰਪ ਤੋਂ, ਅਤੇ ਮੈਂ ਇਹਨਾਂ ਨੂੰ ਕਿਹਾ ਵੀ ਸੀਗਾ ਕਿ ਇਹ ਤਾਂ ਤੁਸੀਂ ਆਪਣੀ ਯਾਤਰਾ ਦਾ ਲਿਖੋ। ਅਤੇ ਉਦੋਂ ਬਹੁਤਾ ਨਾ ਟਾਈਮ ਮਿਲਿਆ ਇਹਨਾਂ ਨੂੰ, ਨਾ ਬਹੁਤਾ ਪਬਲਿਸ਼ਰ ਤੋਂ ਇਨਕਰੇਜਮੈਂਟ ਮਿਲਿਆ, ਅਤੇ ਇਸ ਲਈ ਉਹ ਵਿੱਚ ਰਹਿ ਗਈ ਕਿਤਾਬ। ਅਤੇ ਹੁਣ ਜਾ ਕੇ ਉਹ ਛਪੀ ਹੈ, 20,000 ਮੀਲ ਲੰਬਾ ਸਫ਼ਰ, ਦੇਸ਼ ਕਾਲ ਦੀ ਯਾਤਰਾ। ਅਤੇ ਬਾਕੀ ਇਹ ਹੈ ਕਿ ਘਰ ਮੈਂ ਚੰਗੀ ਤਰ੍ਹਾਂ ਸੰਭਾਲ ਲਿਆ ਸੀ, ਅਤੇ ਜਿਹੜੀ ਡੇ ਟੂ ਡੇ ਪ੍ਰੋਬਲਮ ਹੈ ਉਹਦੇ 'ਚ ਇੰਨਾ ਨਹੀਂ ਸੀ ਮਿਸ ਕਰੀਦਾ। ਪਰ ਜਿਹੜੀ ਔਫੀਸ਼ਲ ਪ੍ਰੋਬਲਮ, ਜਿੱਦਾਂ ਇਹਨਾਂ ਦੀ ਪ੍ਰੋਪਰਟੀ ਵਗੈਰਾ ਦੇ ਝੰਝਟ ਹੁੰਦੇ ਸੀ, ਕੋਈ ਇਨਕਮ ਟੈਕਸ ਵਾਲਾ ਆ ਗਿਆ, ਕੋਈ ਕੁਛ ਆ ਗਿਆ, ਉਹਦੇ 'ਚ ਥੋੜ੍ਹੀ ਜਿਹੀ ਪ੍ਰੋਬਲਮ ਫੇਸ ਕਰਨੀਆਂ ਪੈਂਦੀ ਸੀ ਮੈਨੂੰ। ਜਦੋਂ ਲੰਬੀਆਂ ਯਾਤਰਾ 'ਤੇ ਜਾਂਦੇ ਸੀਗੇ ਉਦੋਂ ਕੋਈ ਕਮਿਊਨੀਕੇਸ਼ਨ ਨਹੀਂ ਸੀਗਾ, ਕੁਛ ਨਹੀਂ ਸੀਗਾ, ਅਤੇ ਉਸ ਕਰਕੇ ਫਿਰ ਮੈਨੂੰ ਬੜੀ ਚਿੰਤਾ ਹੁੰਦੀ ਸੀਗੀ ਅਤੇ ਮੁਸ਼ਕਿਲ ਵੀ ਪੈਂਦੀ ਸੀਗੀ। ਬਾਬਾ ਜੀ ਕੋਸ਼ਿਸ਼ ਕਰਦੇ ਸੀ, ਜਿੱਦਾਂ ਮਨਾਲੀ ਲੇਹ ਟਰੈਕ 'ਤੇ ਗਏ ਸੀਗੇ, ਉਦੋਂ ਇਹ ਜਿੱਦਾਂ ਕੋਈ ਰਾਹੀ ਜਾਂਦਾ ਸੀਗਾ ਅਤੇ ਇਹ ਦੂਜੇ ਪਾਸੇ ਜਾ ਰਹੇ ਸੀ, ਉਹ ਮਨਾਲੀ ਵੱਲ ਆਉਂਦਾ ਸੀਗਾ, ਅਤੇ ਇੱਕ ਦੋ ਲਾਈਨਾਂ ਲਿਖ ਕੇ ਕਿ ਅਸੀਂ ਇੱਥੇ ਹੈਗੇ, ਬਸ ਇਹਨਾਂ ਲਿਖ ਕੇ ਅਤੇ ਉਹਨੂੰ ਇਨਲੈਂਡ ਪਕੜਾ ਦੇਣਾ ਵੀ ਤੂੰ ਜਦੋਂ ਮਨਾਲੀ ਜਾਏਗਾ ਤਾਂ ਇਹਨੂੰ ਪੋਸਟ ਕਰ ਦੇਈਂ। ਅਤੇ ਬਸ ਇੰਨੀ ਇਨਫੋਰਮੇਸ਼ਨ ਮਿਲ ਜਾਂਦੀ ਸੀ ਕਿ ਇਹ ਕਿੱਥੇ ਹੈਗੇ, ਕਿਉਂਕਿ ਉਹ ਬਹੁਤ ਲੰਬਾ ਟਰੈਕ ਸੀਗਾ ਅਤੇ 13-14 ਦਿਨ ਘਰ ਤੋਂ ਬਾਹਰ ਰਹੇ। ਅਤੇ ਸ਼ੁਰੂ 'ਚ ਯੂਥ ਹੋਸਟਲ ਐਸੋਸੀਏਸ਼ਨ ਦੇ ਕੈਂਪ ਹੁੰਦੇ ਸੀਗੇ ਹਿਮਾਲਿਅਨ ਟਰੈਕਿੰਗ ਪ੍ਰੋਗਰਾਮ 'ਤੇ, ਅਤੇ ਉਹ ਕੈਂਪਾਂ 'ਚ ਜਦੋਂ ਇਹਨਾਂ ਨੇ ਚਲੇ ਜਾਣਾ ਅਤੇ ਉਹ ਆਲਟੀਟਿਊਡ ਜਦੋਂ ਉੱਤੇ ਜਾਂਦੇ ਸੀਗੇ ਅਤੇ ਉਦੋਂ ਤਾਂ ਕੋਈ ਕਮਿਊਨੀਕੇਸ਼ਨ ਨਹੀਂ ਸੀਗਾ, ਉਹਨੂੰ ਬੜੀ ਮੁਸ਼ਕਿਲ ਹੁੰਦੀ। ਅਤੇ ਮੇਰੀ ਜਿਹੜੀ ਛੋਟੀ ਬੇਟੀ ਹੈ ਉਹ ਕਾਫੀ ਮਿਸ ਕਰਦੀ ਸੀ, ਕਈ ਵਾਰੀ ਬਿਮਾਰ ਹੋ ਜਾਂਦੀ ਸੀਗੀ ਇਸ ਕਰਕੇ ਕਿ ਉਹ ਇਹਨਾਂ ਨੂੰ ਇੰਨਾ ਮਿਸ ਕਰਦੀ ਸੀ। ਵੱਡੀ ਠੀਕ ਸੀ, ਸ਼ੀ ਸੈਟਲ ਡਾਊਨ, ਉਹਨੂੰ ਪਤਾ ਲੱਗ ਗਿਆ ਸੀਗਾ ਕਿ ਬਈ ਹੁਣ ਇੰਨੀ ਦਿਨਾਂ ਨੂੰ ਆਉਣਗੇ ਜਾਂ ਬਾਹਰ ਗਏ ਹੋਏ ਆ। ਛੋਟੀ ਹਾਲੇ ਨਹੀਂ ਇੰਨਾ ਸਮਝਦੀ ਸੀਗੀ, ਬਾਕੀ ਡੇ ਟੂ ਡੇ ਜਿੱਦਾਂ ਹੋਰ ਚੀਜ਼ਾਂ ਹੈ ਉਹ ਮੈਂ ਮੈਨੇਜ ਕਰ ਲੈਂਦੀ ਸੀਗੀ। ਬਾਬਾ ਜੀ ਨੇੜੇ ਭਵਿੱਖ ਵਿੱਚ ਪੰਜਾਬੀ ਪਾਠਕਾਂ ਦੀ ਝੋਲੀ ਹੋਰ ਕੀ ਪਾ ਰਹੇ? ਉਹਦੇ 'ਚ ਪਹਿਲਾਂ ਤਾਂ ਇਹ ਕਿ ਕਹਾਣੀਆਂ ਮੇਰੇ ਪਾਸ ਕਾਫੀ ਬਚੀਆਂ ਹੋਈਆਂ ਨੇ, ਲੰਬੀਆਂ ਕਹਾਣੀਆਂ ਜਿਹੜੀਆਂ ਕਿ ਹਾਲੇ ਤੱਕ ਕਿਤਾਬ ਦੀ ਸ਼ਕਲ ਵਿੱਚ ਨਹੀਂ ਆਈਆਂ, ਉਹ ਇੱਕ ਜਾਂ ਦੋ ਵੋਲਿਊਮ ਉਸ ਦੇ ਬਣ ਜਾਣਗੇ। ਉਸ ਦੇ ਇਲਾਵਾ ਜਿੱਥੋਂ ਤੱਕ ਨਾਵਲਾਂ ਦਾ ਸਵਾਲ ਹੈ, ਜਿਸ ਵੇਲੇ ਮੈਂ ਹਿਸਟੋਰੀਕਲ ਨਾਵਲ ਲਿਖਣੇ ਸ਼ੁਰੂ ਕੀਤੇ ਉਦੋਂ ਹੀ ਮੈਂ ਦਿਮਾਗ 'ਚ ਬਣਾ ਲਿਆ ਸੀਗਾ ਨਕਸ਼ਾ ਕਿ ਮੈਂ ਇਸ ਪੀਰੀਅਡ ਦੇ ਨਾਵਲ ਲਿਖਣੇ ਆ। ਇਤਿਹਾਸ ਵਿੱਚ ਮੈਨੂੰ ਜ਼ਾਹਰ ਹੈ ਕਿ ਬਹੁਤ ਸ਼ੌਕ ਸੀਗਾ ਪਹਿਲਾਂ ਹੀ, ਅਤੇ ਉਹ ਪੀਰੀਅਡ ਮੈਂ ਪਹਿਲਾਂ ਹੀ ਛਾਂਟ ਲਏ ਸੀਗੇ ਕਿ ਇੱਕ ਸਿਕੰਦਰ ਦਾ ਪੀਰੀਅਡ ਪੰਜਾਬ ਦੀ ਹਿਸਟਰੀ ਵਿੱਚ ਆਉਂਦਾ, ਦੂਸਰਾ ਪੀਰੀਅਡ ਹੈਗਾ ਵਾ ਜਦੋਂ ਮਹਿਮੂਦ ਗਜ਼ਨਵੀ ਨੇ ਹਮਲੇ ਕੀਤੇ ਪੰਜਾਬ 'ਤੇ ਸ਼ੁਰੂ ਕੀਤੇ, ਅਤੇ ਤੀਸਰਾ ਮੈਂ ਮੁਗਲ ਕਾਲ ਦੇ ਬਾਰੇ ਵਿੱਚ ਕੁਛ ਲਿਖਣਾ ਚਾਹੁੰਦਾ ਸੀ। ਉਹਦੇ ਵਿੱਚ ਮੈਨੂੰ ਜਿਹੜਾ ਸ਼ੇਰ ਸ਼ਾਹ ਸੂਰੀ ਦਾ ਪੀਰੀਅਡ ਹੈ ਉਹ ਬਹੁਤ ਮੁਤਾਸਰ ਕੀਤਾ ਮੈਨੂੰ, ਅਤੇ ਉਹਦੇ ਬਾਰੇ ਮੈਂ ਲਿਖ ਰਿਹਾ ਇਸ ਵੇਲੇ। ਕਾਲ ਕਥਾ ਜਿਹੜੀ ਮਹਿਮੂਦ ਗਜ਼ਨਵੀ ਵਾਲਾ ਹੈ ਉਹ ਕੰਪਲੀਟ ਹੈ, ਪੂਰਾ ਕੰਪਲੀਟ ਹੋ ਗਿਆ ਹੋਇਆ। ਸੱਚੀ ਗੱਲ ਇਹ ਕਿ ਮਨਮੋਹਨ ਬਾਬਾ ਸਹੀ ਮਾਨਿਆਂ ਵਿੱਚ ਇੱਕ ਬਹੁਤ ਪੱਕੀ ਸ਼ਖਸੀਅਤ ਹੈ, ਉਹ ਇਹਨਾਂ ਸਾਰੀਆਂ ਵਿਧਾਵਾਂ ਕਾਰਜਾਂ ਅਤੇ ਰੁਚੀਆਂ ਦਾ ਸੁਚੱਜਾ ਸੁਮੇਲ ਹੈ। ਉਸ ਦੇ ਚਿੱਤਰਾਂ ਵਿੱਚੋਂ ਉਸਦਾ ਘੁਮੱਕੜਪੁਣਾ ਅਤੇ ਇਤਿਹਾਸ ਦਿਸਦਾ ਹੈ। ਉਸ ਦੀਆਂ ਕਹਾਣੀਆਂ, ਨਾਵਲਾਂ ਅਤੇ ਸਫ਼ਰਨਾਮਿਆਂ ਵਿੱਚ ਇਤਿਹਾਸ, ਮਿਥਿਹਾਸ, ਘੁਮੱਕੜਪੁਣਾ ਅਤੇ ਚਿੱਤਰਕਾਰੀ ਸਭ ਕੁਝ ਨਾਲੋ ਨਾਲ ਚੱਲਦਾ ਹੈ। ਉਸਦੇ ਨਕਸ਼ੇ ਉਸਦੀ ਟਰੈਕਿੰਗ ਅਤੇ ਚਿੱਤਰਕਾਰੀ ਦੀ ਸਿੱਧੀ ਉਪਜ ਨੇ।